ਅਸਲਾਮ ਵਾਲੇ ਜਨਾਬ, ਮੈਂ ਤੁਹਾਡਾ ਮੇਜ਼ਬਾਨ ਆਰਿਫ ਚੱਦੜ ਅਤੇ ਜਨਾਬ ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਸੱਚ ਐਨੀਮਲ ਟੀ ਵੀ। ਦੋਸਤੋ, ਜਿਸ ਤਰ੍ਹਾਂ ਤੁਹਾਨੂੰ ਮਾਲੂਮ ਹੈ ਕਿ ਸੱਚ ਐਨੀਮਲ ਟੀ ਵੀ ਰੋਜ਼ਾਨਾ ਤੁਹਾਡੀ ਖਿਦਮਤ ਦੇ ਵਿੱਚ ਬੜੇ ਸ਼ਾਨਦਾਰ ਔਰ ਆਊਟਸਟੈਂਡਿੰਗ ਜਾਨਵਰ ਜਨਾਬ ਲੈ ਕੇ ਆਇਆ ਹੈ ਅਤੇ ਅੱਜ ਜਨਾਬ ਤੁਹਾਡੇ ਵਾਸਤੇ ਅਸੀਂ ਇੱਕ ਬੜਾ ਹੀ ਬਿਹਤਰੀਨ ਔਰ ਆਲਾ ਨਸਲੀ ਜਨਾਬ ਗਾਏ ਲੈ ਕੇ ਆਏ ਹਾਂ, ਬੜੀ ਵਰਲਡ ਕਲਾਸ ਔਰ ਆਊਟ ਕਲਾਸ ਗਾਏ। ਉਹ ਲੋਕ ਜਿਹੜੇ ਕਹਿੰਦੇ ਨੇ ਕਿ ਸਾਨੂੰ ਜਨਾਬ ਯੂਟਿਊਬ ਚੈਨਲ ਤੋਂ ਅੱਛੀਆਂ ਗਾਵਾਂ ਅਤੇ ਮੇਰੀ ਗਾਵਾਂ ਜਿਹੜੀਆਂ ਨਹੀਂ ਮਿਲਦੀਆਂ ਪਈਆਂ, ਅਤੇ ਇਨਸ਼ਾਲਾ ਜਾਣਾ ਕਿਤੇ ਨਹੀਂ ਜਨਾਬ ਸਾਡੇ ਨਾਲ ਰਹਿਣਾ, ਇਨਸ਼ਾਲਾ ਤੁਹਾਨੂੰ ਚੱਸ ਆਵੇਗੀ। ਬੜਾ ਹੀ ਆਊਟ ਕਲਾਸ, ਇੱਕ ਆਸਟ੍ਰੇਲੀਅਨ ਅਤੇ ਫਰਿਜ ਥੋੜ੍ਹਾ ਜਿਹਾ ਜਨਾਬ ਚੋਲਸਾਂ ਦਾ ਕਲਾਸ ਵਿੱਚ ਗਾਏ ਲੈ ਕੇ ਆਏ ਹਾਂ, ਬੜੀ ਮਿਆਰੀ ਜਿਹੜੇ ਬਿੱਲੀਆਂ ਸਾਨੂੰ ਨਵਾਂ ਟੱਚ ਕੀਤਾ। ਜਾਣਾ ਕਿਤੇ ਨਹੀਂ ਸਾਡੇ ਨਾਲ ਰਹਿਣਾ, ਸਾਡੀ ਵੀਡੀਓ ਸਾਰਾ ਦੇਖਣਾ, ਜ਼ਿਆਦਾ ਤੁਹਾਡਾ ਟਾਈਮ ਨਹੀਂ ਲੈਂਦੇ ਹਾਂ। ਬਿੱਲੀਆਂ ਨੂੰ ਕਹਿੰਦੇ ਹਾਂ ਕਿ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜਨਾਬ ਜ਼ਰੂਰ ਕਰਨਾ, ਅਤੇ ਹੁਣ ਜਨਾਬ ਤੁਹਾਨੂੰ ਜ਼ਿਆਦਾ ਟਾਈਮ ਨਹੀਂ ਲੈਣਾ, ਚੱਲਦੇ ਹਾਂ ਤੁਹਾਨੂੰ ਦਿਖਾਉਣੇ ਜਨਾਬ ਗਾਏ ਅਤੇ ਗਾਏ ਦੀ ਜਨਾਬ ਅੱਜ ਆਦਾਵਾਂ ਅਤੇ ਜਲਵੇ ਦੇਖਣੇ ਤੁਸੀਂ। ਅੱਜ ਜਨਾਬ ਗਾਏ ਦਿਖਾਓ। ਮਾਸ਼ਾਅੱਲਾ ਜੀ, ਸੁਬਹਾਨ ਅੱਲਾਹ ਤੋਂ ਜਨਾਬ ਸਟਾਰਟ ਕਰਨੇ ਆ। ਅਲਹਮਦੁਲਿਲਾ, ਇਸ ਤੋਂ ਪਹਿਲੇ ਜਨਾਬ ਕਿਸੇ ਚੈਨਲ 'ਤੇ ਇੰਨੀ ਖੂਬਸੂਰਤ ਪੈਰਾਗਨ ਆਫ ਬਿਊਟੀ ਜਨਾਬ ਸ਼ਾਇਦ ਹੀ ਕਿਸੇ ਚੈਨਲ ਨੇ ਜਨਾਬ ਪਬਲਿਸ਼ ਕੀਤੀ ਹੋਵੇ। ਫਰੀ ਚੋਲਿਸਤਾਨੀ ਥੋੜ੍ਹਾ ਜਿਹਾ ਵਿੱਚ ਆਸਟ੍ਰੇਲੀਆ ਦੇ ਕਰਾਸ ਜਨਾਬ ਗਾਵਾਂ ਗਾਂ ਦਾ ਜਨਾਬ ਬੜੀ ਹੀ ਆਊਟਸਟੈਂਡਿੰਗ ਔਰ ਜਨਾਬ ਬਿਊਟੀਫੁਲ ਯੂਨੀਕ ਬਾਡੀ ਦੇ ਵਿੱਚ ਜਨਾਬ ਮਲਬੂਸ, ਕਦੋਂ ਕੰਮ ਜਨਾਬ ਜ਼ਬਰਦਸਤ, ਪ੍ਰਿੰਟ ਬੜਾ ਜੈਨੂਅਨ ਅਤੇ ਡੱਬਾ ਰੰਗ ਜਨਾਬ ਦੇਖੋ ਬੜਾ ਚਾਰਮਿੰਗ ਅਤੇ ਆਊਟਸਟੈਂਡਿੰਗ। ਉਹ ਡੱਬਾ ਰੰਗ ਜਨਾਬ ਕਿ ਜਿਹੜਾ ਅਗਰ 100 ਗਾਂ ਵੀ ਖਲੀ ਹੋਵੇ, ਮੈਂ ਦਾਵਾ ਨਹੀਂ ਕਰਨਾ ਬੇਲੀ, ਉਹ ਤੁਸੀਂ ਖੁਦ ਵੀ ਜੱਜ ਕਰਨਾ ਕਿ ਇਹ 100 ਗਾਂ ਦੇ ਵਿੱਚੋਂ ਇੱਕ ਗਾਂ ਨੂੰ ਜਨਾਬ ਇਹ ਡੱਬਾ ਰੰਗ ਜਨਾਬ ਲੱਗਾ ਹੁੰਦਾ, ਇਹ ਜਿਹੜੇ ਬਲੈਕ ਕਲਰ ਦੇ ਸਪੋਟ ਨੇ ਗਾਂ ਦੇ ਉੱਤੇ, ਇਹ ਦੇਖੋ ਦੁਧੀਆ ਜ਼ਮੀਨ ਦੇ ਵਿੱਚ ਬਲੈਕ ਕਲਰ ਦੀ ਜਿਹੜੀ ਐਮਬਰਾਇਡਰੀ ਹੈ, ਮਾਸ਼ਾਅੱਲਾ ਜੀ, ਮਾਰਵਲਸ ਸੁਪਲੈਂਡਡ ਜਨਾਬ, ਬੜੀ ਆਊਟ ਕਲਾਸ ਗਾਂ ਦਾ ਜਨਾਬ ਕਲਰ ਹੈ, ਇਹ ਤੁਸੀਂ ਦੇਖ ਸਕਦੇ ਜੀ, ਮਾਸ਼ਾਅੱਲਾ ਸੁਬਹਾਨ ਅੱਲਾ। ਅਤੇ ਜੇ ਇਹ ਜਨਾਬ ਖੂਬਸੂਰਤੀ ਦੀ ਵਾਜ਼ਿਹ ਮਿਸਾਲ, ਜਿਹੜੇ ਲੋਕ ਕਹਿੰਦੇ ਨੇ ਕਿ ਸਾਨੂੰ ਜਨਾਬ ਮਿਆਰ ਚਾਹੀਦਾ ਹੈ, ਅਤੇ ਫਿਰ ਇਸ ਗਾਂ 'ਤੇ ਜਨਾਬ ਉਹਨਾਂ ਨੂੰ ਫੋਕਸ ਕਰਨਾ ਚਾਹੀਦਾ ਹੈ। ਮਾਸ਼ਾਅੱਲਾ, ਥੋੜ੍ਹੀ ਜਿਹੀ ਗਾਂ ਨੂੰ ਜਨਾਬ ਹਿਲਾ ਜੁਲਾ ਕੇ ਦਿਖਾਓ। ਇਹ 13 'ਤੇ ਲਾਲ ਹੈ, ਹਾਂਜੀ, ਮਾੜਾ ਜਿਹਾ ਇੱਧਰ ਤੁਰ, ਆਊਟ ਕਲਾਸ ਜਨਾਬ ਗਾਂ ਦੇ ਕੋਲ ਜਨਾਬ, ਇੱਧਰ ਵੀਰੇ ਇੱਧਰ ਲਿਆ, ਇੱਧਰ ਮਾੜਾ ਮਾੜਾ ਟੁਰੋ ਜਨਾਬ। ਰੰਗ ਨਵਾਬੀ ਰੰਗ ਜਨਾਬ, ਦੱਬੇ ਰੰਗ ਜਦੋਂ ਗੱਲ ਆਉਂਦੀ ਹੈ ਅਤੇ ਮਾਸ਼ਾਅੱਲਾ ਪੂਰੀ ਦੁਨੀਆ ਜਨਾਬ ਫੇਵਰਟ ਰੰਗ ਇਹ ਜਨਾਬ ਗਾਂ ਦੀ, ਤੁਸੀਂ ਦੂਰ ਤੋਂ ਥੋੜ੍ਹਾ ਦਿਖਾਓ ਜਨਾਬ, ਮੇਰਾ ਨਹੀਂ ਤੁਹਾਡਾ ਨਹੀਂ, ਪੂਰੀ ਦੁਨੀਆ ਜਨਾਬ ਇਹ ਫੇਵਰਟ ਰੰਗ ਹੈ। ਨਾਲ ਗਾਏ ਦੇ ਜਨਾਬ ਬੱਚਾ ਵੀ ਨਾਲ ਨਾਲ ਦਿਖਾ ਰਹੇ, ਇੱਕ ਦਿਨ ਦੀ ਜਨਾਬ ਗਾਏ ਸੂਈ ਹੈ ਕੱਚੇ ਬੋਲੇ ਦੇ ਵਿੱਚ, ਖੂਬਸੂਰਤੀ ਜਨਾਬ ਵੇਖਣ ਵਾਲੇ ਦੀ ਅੱਖ 'ਚ ਹੁੰਦੀ ਹੈ। ਅਤੇ ਲੇਕਿਨ ਜਨਾਬ ਮੈਂ ਅੱਜ ਕਹਾਂਗਾ ਕਿ ਖੂਬਸੂਰਤੀ ਜਿਹੜੀ ਹੈ ਉਹ ਇਹ ਬੰਦਾ ਜਿਹੜਾ ਇਸ ਗਾਏ ਨੂੰ ਦੇਖੇਗਾ, ਖੂਬਸੂਰਤੀ ਉਹਦੀ ਅੱਖਾਂ ਦੇ ਵਿੱਚ ਸਮਾ ਜਾਏਗੀ ਜਨਾਬ। ਆਊਟਸਟੈਂਡਿੰਗ ਗਾਏ ਦੇਖ ਕੇ ਮਾਸ਼ਾਅੱਲਾ ਔਰ ਸੁਬਹਾਨ ਅੱਲਾ ਜਿਹੜੇ ਕਮੈਂਟਸ ਨੇ ਉਹ ਤੁਹਾਡੇ ਆਉਣੇ ਚਾਹੀਦੇ ਨੇ। ਇਹ ਗਾਏ ਜਨਾਬ ਸੱਚ ਐਨੀਮਲ ਟੀ ਵੀ ਦੀ ਜ਼ਿੰਨਤ ਬਣੀ ਹੈ। ਇਹ ਜਨਾਬ ਸਾਨੂੰ ਇਸ ਗਾਇਕ ਦੇ ਪਬਲਿਸ਼ ਕਰਨ 'ਤੇ ਜਨਾਬ ਫਖਰ ਹੈ, ਬੜੀ ਆਊਟ ਕਲਾਸ ਔਰ ਸ਼ਾਨਦਾਰ ਸੱਚ ਐਨੀਮਲ ਟੀ ਵੀ, ਜਿਸ ਤਰ੍ਹਾਂ ਤੁਸੀਂ ਜਾਣਦੇ ਜੇ ਕਿ ਸਾਰੀਆਂ ਵਾਰੰਟੀਆਂ ਔਰ ਗਰੰਟੀਆਂ ਦੇ ਨਾਲ ਜਾਨਵਰ ਜਨਾਬ ਮਹੱਈਆ ਕਰਦਾ ਹੈ। ਗਾਏ ਦੇ ਕੋਲੇ ਜਨਾਬ ਪੁੱਠੇ ਦੇਖੋ, ਗਾਏ ਦੇ ਕੋਲੇ ਖੁੱਡੇ ਦੇਖੋ ਜੀ, ਗਾਏ ਬਿਲਕੁਲ ਜਨਾਬ ਇਹ ਖੂਬਸੂਰਤੀ ਦਾ ਮੁਜੱਸਮਾ ਜਨਾਬ। ਮੇਰੇ ਕੋਲ ਅਲਫਾਜ਼ ਨਹੀਂ ਮਿਲਦੇ ਪਏ ਕਿ ਮੈਂ ਗਾਏ ਨੂੰ ਕਿਸ ਸਾਈਡ 'ਤੇ ਗੁੰਜਾਂ, ਅਤੇ ਜਿਸ ਤਰ੍ਹਾਂ ਔਰਤ ਹਯਾ ਦੇ ਜ਼ੇਵਰ ਤੋਂ ਬਗੈਰ ਅਧੂਰੀ ਹੈ, ਅਤੇ ਉਸ ਤਰ੍ਹਾਂ ਜਨਾਬ ਗਾਏ ਹੋਵੇ ਜਾਂ ਮੱਝ ਹੋਵੇ, ਉਹਦੇ ਕੋਲ ਅਗਰ ਆਰਡਰ ਕੁਆਲਿਟੀ ਨਾ ਹੋਵੇ ਤਾਂ ਜਨਾਬ ਉਹ ਬਿਲਕੁਲ ਬੇਕਾਰ ਹੈ। ਅਤੇ ਇਹ ਜਨਾਬ ਬੜੀ ਐਕਸਟਰਾ ਆਰਡਨਰੀ ਆਰਡਰ ਕੁਆਲਿਟੀ ਜਨਾਬ ਗਾਏ ਦੇ ਕੋਲ ਤੁਸੀਂ ਦੇਖ ਸਕਦੇ ਜੇ, ਅਤੇ ਥਣ ਜਨਾਬ ਕਰੋੜਾਂ ਰੁਪਈਆਂ ਦਾ ਜਨਾਬ ਗਾਏ ਨੂੰ ਥਣ ਲੱਗਾ। ਮੇਰੀ ਗੱਲ ਨੂੰ ਰਿਜੈਕਟ ਕਰਨਾ ਅਤੇ ਜਨਾਬ ਤੁਸੀਂ ਇਸ ਥਣ ਨੂੰ ਹੀ ਰਿਜੈਕਟ ਕਰਨਾ, ਤੁਸੀਂ ਖੁਦ ਜਾ ਕੇ ਕਮੈਂਟਸ ਬਾਕਸ ਵਿੱਚ ਫੈਸਲਾ ਕਰਨਾ ਕਿ ਇਹ ਥਣ ਜਿਹੜਾ ਜਨਾਬ
ਮੁੱਠ ਮੁੱਠ ਦਾ ਬੜਾ ਹੀ ਸ਼ਹਿਨ ਸ਼ਾਹ ਜਨਾਬ ਥਾਣੇ। ਇਹ ਤੁਸੀਂ ਦੇਖ ਸਕਦੇ ਜੇ ਮਾੜਾ ਜਨਾਬ ਗਾਇ ਨੇ ਮਾੜੀ ਚਾਵੜੀ ਜੀ ਕੀਤੀ। ਇਹ ਜਨਾਬ ਥਾਣੇ ਆਰਡਰ ਕੁਆਲਿਟੀ ਜਨਾਬ ਥੱਬਿਆਂ ਦੀ। ਇਹ ਮਾੜਾ ਰੁਕੋ ਜੀ, ਲੱਗੋ ਮਾੜਾ ਜਿਹਾ, ਗਾਇ ਥੋੜ੍ਹਾ ਜਿਹਾ ਘਬਰਾ ਰਹੀ ਹੈ ਬੱਚੇ ਤੋਂ। ਇਹ ਥਣ ਜਨਾਬ ਮੁੱਠ ਮੁੱਠ ਦਾ ਅਤੇ ਗਵਾਲ ਦਾ ਜਨਾਬ ਸ਼ਹਿਨ ਸ਼ਾਹ ਥਣ ਦੇਖ ਸਕਦੇ ਤੁਸੀਂ। ਕਿਸੇ ਕਿਸਮ ਦਾ ਮੁਬਾਲਗਾ ਰਹੀ ਨਹੀਂ ਗੀ ਥੱਬਿਆਂ ਦੇ ਜਨਾਬ। ਇਹ ਦੇਖੋ ਥੱਬਿਆਂ ਦੇ ਹਵਾਨੇ ਮਾਸ਼ਾਅੱਲਾ, ਚਾਰ ਚਫੇਰੇ ਤੋਂ ਫਿੱਟ ਫਿੱਟ ਦੀ ਜਨਾਬ ਹਵਾਨੇ ਦੇ ਵਿੱਚ ਵਿਰਲੇ। ਅਤੇ ਗਾਇ ਦੇ ਕੋਲ ਜਨਾਬ ਦੁੰਮ ਦੇਖੋ, ਦੁੰਮ ਜਿਹੜੀ ਹੈ ਐਂਡ 'ਤੇ ਸਟਿੱਚ ਜਿਹੜਾ ਇੰਝ ਲੱਗਦਾ, ਵੈਸੇ ਤਾਂ ਮੱਛਰ ਅਤੇ ਮੱਖੀਆਂ ਬਣਾਉਣ ਵਾਸਤੇ ਲੱਦਣ ਲਾਇਆ, ਲੇਕਿਨ ਮੈਨੂੰ ਇੰਝ ਲੱਗਦਾ ਪਿਆ ਕਿ ਜਿਵੇਂ ਅੱਜ ਇਹ ਸਟਿੱਚ ਜਿਹੜਾ ਇਸ ਗਾਇ ਦੀ ਖੂਬਸੂਰਤੀ ਨੂੰ ਵਧਾਉਣ ਵਾਸਤੇ ਜਨਾਬ ਲੱਦਣ ਲਾਇਆ। ਫੇਸ ਕੁਆਲਿਟੀ ਜਨਾਬ, ਫੇਸ ਕੁਆਲਿਟੀ ਥੋੜ੍ਹੀ ਦਿਖਾਓ। ਗਾਇ ਦੀ ਫੇਸ ਕੁਆਲਿਟੀ ਜਨਾਬ ਸਪਲੈਂਡਰਡ, ਕਿਸੇ ਕਿਸਮ ਦਾ ਕੋਈ ਮੁਬਾਲਗਾ ਰਾਈ ਨਹੀਂ। ਤੁਸੀਂ ਜਨਾਬ ਖੁਦ ਦੇਖ ਕੇ ਪ੍ਰੋਜੈਕਟ ਕਰ ਦਿਓ। ਸਫੇਦ ਕਲਰ ਦਾ ਜਿਹੜਾ ਚੇਨ ਹੈ ਮਾਸ਼ਾਅੱਲਾ ਜੀ ਸੁਭਾਨ ਅੱਲਾ, ਅਤੇ ਬਲੈਕ ਕਲਰ ਦੇ ਵਿੱਚ ਛੁਪੀਆਂ ਹੋਈਆਂ ਅੱਖਾਂ ਹੈ, ਜਿਵੇਂ ਚੰਨ ਜਨਾਬ ਬਦਲੀ 'ਚੋਂ ਨਿਕਲਦਾ, ਸਿਆਹ ਕਾਲੀਆਂ ਮੋਟੀਆਂ ਮੋਟੀਆਂ ਟੈਨਿਸ ਬਾਲ ਜਿਹੜੀਆਂ ਜਨਾਬ ਜਨਮਨ ਮੋਨੀ ਜਨਮਨ ਪੌਡੀ ਛੋਟਾ ਛੋਟਾ ਗਾਇ ਨੂੰ ਜਨਾਬ ਕਹਿਣ ਲੱਗਾ ਹੈ ਮਾਸ਼ਾਅੱਲਾ ਜੀ ਸੁਭਾਨ ਅੱਲਾ। ਇਹ ਮਜ਼ੀਦ ਜਨਾਬ ਤੁਸੀਂ ਤੋੜ ਕੇ ਦਿਖਾਓ, ਮੈਨੂੰ ਜਨਾਬ ਅਲਫਾਜ਼ ਨਹੀਂ ਮਿਲ ਰਹੇ ਕਿ ਮੈਂ ਜਨਾਬ ਇਸ ਜਿਹੜੀ ਗਾਇ ਦੀ ਖੂਬਸੂਰਤੀ ਨੂੰ ਬਿਆਨ ਕਰਾਂ। ਕਿਸੇ ਕਿਸਮ ਦੀ ਅਗਰ ਜਨਾਬ ਕਸਰ ਰਹਿ ਜਾਵੇ ਗਾਇ ਨੂੰ ਟੋਰੇ 'ਚ, ਟੋਰਾ ਜਨਾਬ ਗਾਇ ਦਾ ਦੇਖੋ, ਟੋਰਾ ਨਵਾਬੀ ਜਨਾਬ ਗਾਇ ਦੀਆਂ। ਇਹ ਦੇਖੋ ਰੰਗ ਨਵਾਬੀ, ਟੋਰ ਨਵਾਬੀ, ਗਾਇ ਦੀਆਂ ਕੁਆਲਿਟੀਆਂ ਜਨਾਬ ਨਵਾਬੀ, ਭਰਪੂਰ ਸਲਾਹੀਆਂ ਤਰ੍ਹਾਂ ਦੀ ਮਾਲਕ ਜਨਾਬ, ਦੁੱਧ ਦੀ ਨਾਰ। ਜਨਾਬ ਗਾਇ ਨੂੰ ਅਸੀਂ ਮੁਕੰਮਲ ਤੁਹਾਨੂੰ ਤਸੱਲੀ ਨਾਲ ਦਿਖਾ ਦਿੱਤਾ ਹੈ, ਅਤੇ ਹੁਣ ਜਨਾਬ ਤੁਹਾਨੂੰ ਮਜ਼ੀਦ ਜਨਾਬ ਛੱਡਣ ਮਾੜਾ ਹਵਾਨੇ ਨੂੰ ਆਰਡਰ ਕੁਆਲਿਟੀ ਦਿਖਾ ਦਿਓ। ਬੜੀ ਜਨਾਬ ਐਕਸਟਰਾ ਆਰਡਰ ਮਸ਼ਹੂਰ ਜਨਾਬ ਜਾਦੂਈ ਅਸਰ ਰੱਖਣ ਵਾਲਾ ਜਨਾਬ ਆਰਡਰ ਕੁਆਲਿਟੀ ਗਾਇ ਦੇ ਕੋਲ ਮਾਸ਼ਾਅੱਲਾ। ਤੁਸੀਂ ਦੇਖ ਸਕਦੇ ਜੇ ਗਾਇ ਤੁਰ ਫਿਰ ਰਹੀ ਸੀ ਅਤੇ ਨਜ਼ਰ ਨਹੀਂ ਆ ਰਿਹਾ ਸੀ, ਹੁਣ ਥੋੜ੍ਹਾ ਟਿਕੀ ਹੈ, ਤਾਂ ਅਸੀਂ ਜਨਾਬ ਇਹ ਕਹਿ ਰਹੇ ਹਾਂ ਕਿ ਤੁਹਾਡੀ ਤਸੱਲੀ ਮਜ਼ੀਦ ਹੋ ਜਾਏ, ਦੂਸਰੀ ਸਾਈਡ ਤੋਂ ਵੀ ਦਿਖਾ ਦਿਓ ਜਨਾਬ। ਬੜਾ ਅੱਛਾ ਔਰ ਪਿਆਰਾ ਜਨਾਬ ਥਣ ਲੱਗਾ ਹੋਇਆ ਗਾਇ ਨੂੰ। ਇਹ ਦੇਖੋ ਸਾਰੀ ਗਾਇ ਜਨਾਬ ਤੁਹਾਨੂੰ ਤਸੱਲੀ ਨਾਲ ਦਿਖਾ ਦਿੱਤੀ ਹੈ, ਅਤੇ ਹੁਣ ਜਨਾਬ ਤੁਹਾਨੂੰ ਮਿਲਾਉਣੇ ਜਨਾਬ ਮਾਲਕਾਂ ਨਾਲ। ਆਓ ਸਾਹਿਬ ਜੀ, ਸਲਾਮਲੇਕਮ। ਵਾਲੇਕਮ ਸਲਾਮ ਸਰ, ਕੀ ਹਾਲ ਜੀ? ਠੀਕ ਠਾਕ, ਸ਼ੁਕਰ ਅੱਲਾ ਪਾਕ ਦਾ ਭਾਈ। ਇਹ ਜਨਾਬ ਗਾਇ ਤੁਹਾਡੀ ਕਿਤਵਾਂ ਸਵਾ ਸੋਈ ਹੈ? ਇਹ ਜੀ ਦੂਜਾ ਸਵਾ ਸੋਈ। ਦੂਜਾ ਸਵਾ ਸੋਈ ਹੈ, ਅਤੇ ਇਹ ਕਿੰਨੇ ਦਿਨ ਹੋ ਗਏ ਸੋਈ ਨੂੰ? ਇਹ ਜੀ ਕੱਲ੍ਹ ਸ਼ਾਮ ਨੂੰ ਸੋਈ ਹੈ। ਕੱਲ੍ਹ ਸ਼ਾਮ ਨੂੰ ਸੋਈ ਹੈ। ਕਿੰਨਾ ਨਾਰਾ ਕੱਢਿਆ ਜੀ? ਨਾਰਾ ਇਹਦੇ ਥੱਲੇ ਅਸੀਂ ਕੱਢਿਆ ਜੀ 27 ਲੀਟਰ। ਉਹ ਗੱਲਾਂ ਕਰਨੀਆਂ ਨੇ ਜਿੰਨਾ ਤੁਸੀਂ ਗਰੰਟੀ ਦੇ ਸਕੋ। ਗਰੰਟੀ ਤੁਹਾਨੂੰ ਪਤਾ ਹੈ ਸੱਚ ਅਨਮਲ ਚੀ ਵੀ ਕਿਸੇ ਕਿਸਮ ਦੀ ਕੋਈ ਕਨਫਿਊਜ਼ਨ ਤੁਹਾਨੂੰ ਬਰਦਾਸ਼ਤ ਅਸੀਂ ਨਹੀਂ ਕਰਨੀ, ਕੋਈ ਕਿਸੇ ਕਿਸਮ ਦੀ। ਕਿੰਨਾ ਬੋਲਾ ਕੱਢਿਆ ਜੀ? 27 ਲੀਟਰ। 27 ਲੀਟਰ, ਅਤੇ ਪਿੱਛੇ ਕੀ ਗਾਜ ਦੇ? ਵੱਛਾ। ਦੂਜਾ ਸੁਬਹ ਸੂਈ ਹੈ, ਪਿੱਛੇ ਵੱਛਾ ਹੈ, 27 ਲੀਟਰ ਦੀ ਗਰੰਟੀ ਹੈ। ਅਤੇ ਜਨਾਬ ਤੁਸੀਂ, ਤੁਹਾਨੂੰ ਗਾਏ ਵੀ ਮਾਸ਼ਾਅੱਲਾ ਬੜੀ ਤਸੱਲੀ ਨਾਲ ਦਿਖਾਈ ਹੈ, ਮਾਜ਼ਰਤ ਫਿਰ ਜਨਾਬ ਥੋੜ੍ਹੀ ਜਿਹੀ ਮੁਬਾਲਗਾ ਰਾਈ ਵੀ ਹੋ ਜਾਂਦੀ, ਸੋਹਣੀ ਸ਼ਾਇ ਵੇਖ ਕੇ ਫਿਰ ਬੰਦਾ ਜਿਵੇਂ ਮਾੜਾ ਜਿਹਾ ਕਰਦਾ, ਅਤੇ ਮਾਜ਼ਰਤ ਇਸ ਗੱਲ ਤੋਂ ਬਾਅਦ ਕਹਿੰਦੇ ਤਾਰੀਫ ਬਹੁਤ ਕਰਦੇ ਜੇ ਕਰਨੀ ਵੀ ਪੈਂਦੀ, ਅੱਛੀ ਚੀਜ਼ ਜਿਹੜੀ ਹੁੰਦੀ ਤਾਰੀਫ ਕਰਨੀ ਪੈਂਦੀ ਹੈ ਔਰ ਕਰਨੀ ਚਾਹੀਦੀ ਵੀ ਹੈ। ਅਤੇ ਮਾਲਕ ਨੇ ਜਨਾਬ ਤੁਹਾਨੂੰ ਸਾਰਾ ਰੇਟ ਵੀ ਦੱਸ ਦਿੰਦਾ, ਰੇਟ ਜਨਾਬ ਦੱਸੋ? ਰੇਟ ਇਹਨਾਂ 4,80,000। 4,00,000 ਤਾਂ ਜਨਾਬ 80,000 ਰੁਪਈਆ, ਜ਼ਿਆਦਾ ਰੇਟ ਜਨਾਬ, ਕੁਛ ਕਨਸੈਸ਼ਨ ਕੱਢੋ ਇਹਦੇ 'ਚ? ਬਸ ਕੋਈ 1,000 ਦੇ ਦਿਓ। ਜੇ ਕੋਈ ਭਰਾ ਵਾਹਵਾ ਬੰਦ ਕਰਕੇ ਆਵੇਗਾ ਤਾਂ ਕਨਸੈਸ਼ਨ ਕੱਢੋਗੇ? 2,000 ਉਹਨੂੰ ਛੱਡ ਦੇ। ਅਗਰ ਜਨਾਬ ਸਾਡਾ ਕਿਸੇ ਨੂੰ ਕੰਮ ਪਸੰਦ ਆਉਂਦਾ ਪਿਆ 11 ਬਿਲੀਆਂ ਚਾਹ ਨਾਲ ਆਗੇ, ਅਗਰ ਰਿਕੁਐਸਟ ਸਾਡਾ ਜਨਾਬ ਇੱਕ ਲੋਕੇਸ਼ਨ ਹੈਗੀ ਪਾਕ ਪਤਨ 33 SP, ਤਾਂ ਜਨਾਬ ਸਾਡੇ ਨਾਲ ਕੋਈ ਜੁੜਨਾ ਚਾਹੁੰਦਾ ਹੈ, ਸਾਡੇ ਉਸ ਕੰਮ 'ਚ ਨੂੰ ਪਸੰਦ ਆਉਂਦਾ ਹੈ, ਅਤੇ ਉਹਦੇ ਵਾਸਤੇ ਜਨਾਬ ਸਾਡਾ ਰਾਬਤਾ ਨੰਬਰ 0346-61-6628, ਦੂਜਾ ਸਾਡਾ ਵਟਸਐਪ ਨੰਬਰ 0345-71-19-872। ਜਨਾਬ ਇਹਨਾਂ ਅਲਫਾਜ਼ ਨਾਲ ਆਪਦੀ ਵੀਡੀਓ ਦਾ ਇਖਤਾਮ ਕਰਨੇ ਆ। ਆਪਣਾ ਜਨਾਬ ਖਿਆਲ ਰੱਖਿਆ ਜੇ, ਅੱਲਾ ਹਾਫਿਜ਼।